ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਨੇ ਤਾਂ ਉਵੇਂ ਹੀ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਸਰਗਰਮੀਆਂ ਵੀ ਤੇਜ਼ ਕਰ ਦਿੱਤੀਆਂ ਜਾ ਰਹੀਆਂ ਨੇ। ਤਾਂ ਇਸ ਦੇ ਚਲਦੇ ਹੀ ਮੋਗਾ ਦੇ ਵਿੱਚ ਕਾਂਗਰਸ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਵੱਲੋਂ ਗਰਾਊਂਡ ਪੱਧਰ 'ਤੇ ਸਰਗਰਮੀਆਂ ਤੇਜ਼ ਕਰਦੇ ਹੋਏ ਆਪਣੇ ਵਰਕਰਾਂ ਦੇ ਨਾਲ ਇੱਕ ਅਹਿਮ ਬੈਠਕ ਕੀਤੀ ਹੈ ਅਤੇ ਉਹਨਾਂ ਨਾਲ ਹੀ ਹਲਕੇ ਦੇ ਵਿੱਚ ਨਵੇਂ ਲਗਾਏ ਗਏ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ ਨੇ। ਉਹਨਾਂ ਦੱਸਿਆ ਹੈ ਕਿ 11 ਫਰਵਰੀ ਨੂੰ ਸਮਰਾਲਾ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਸ਼ਿਰਕਤ ਕਰਨ ਜਾ ਰਹੇ ਨੇ ਅਤੇ ਇਸ ਦੇ ਚਲਦੇ ਕਾਂਗਰਸੀ ਵਰਕਰ ਜੋਸ਼ ਦੇ ਵਿੱਚ ਨੇ ਅਤੇ ਇਸ ਦੇ ਲਈ ਹਲਕੇ ਦੇ ਵਿੱਚ ਬੈਠਕ ਕੀਤੀ ਜਾ ਰਹੀ ਹੈ। ਮੈਨੂੰ ਲੱਗਦਾ ਕਿ ਜਿਹੜੇ ਹੁਣ ਇਲੈਕਸ਼ਨਸ ਆ ਰਹੇ ਲੋਕਾਂ ਦਾ ਜਿਹੜਾ ਬਦਲਾਵ ਦੇ ਪ੍ਰਤੀ ਵਿਸ਼ਵਾਸ ਸੀ ਉਹ ਖਤਮ ਹੋ ਗਿਆ। ਕਾਂਗਰਸ ਨੂੰ ਸਾਰੇ ਬਹੁਤ ਪਿਆਰ ਕਰਦੇ ਔਰ ਇੱਥੇ ਜਿਹੜੇ ਅੱਜ ਲੋਕ ਸਾਰੇ ਆਏ ਆ ਉਹ ਇਹੀ ਪ੍ਰਣ ਲੈ ਕੇ ਆਏ ਆ ਕਿ ਕਾਂਗਰਸ ਨੂੰ ਅੱਗੇ ਅਸੀਂ ਲੈ ਕੇ ਆਵਾਂਗੇ ਔਰ ਅਸੀਂ ਨਿਯੁਕਤੀ ਪੱਤਰ ਵੀ ਦਿੱਤੇ ਹੈਗੇ ਆ ਉਹ ਵਰਕਰਸ ਨੂੰ ਜਿਹੜੇ ਦਿਨ ਰਾਤ ਕਰਦੇ ਸਾਡੇ ਪਾਰਟੀ ਲਈ ਔਰ ਅੱਗੇ ਵੀ ਅਸੀਂ ਹੋਰ ਨਿਯੁਕਤੀ ਪੱਤਰ ਦਿੰਦੇ ਰਹਾਂਗੇ ਜਿਹੜੇ ਵਰਕਰਸ ਪਾਰਟੀ ਦੇ ਪ੍ਰਤੀ ਇਮਾਨਦਾਰ ਹੈ। ਅੱਜ ਅਸੀਂ 31 ਨਿਯੁਕਤੀ ਪੱਤਰ ਦਿੱਤੇ ਹੈਗੇ ਔਰ ਉਸ ਤੋਂ ਪਹਿਲਾਂ ਵੀ ਅਸੀਂ ਦਿੱਤੇ ਸੀਗੇ। ਇਹ ਜਿਹੜਾ ਮੋਟੀਵੇਸ਼ਨ ਹੁੰਦੀ ਹੈ ਇੱਕ ਤਰ੍ਹਾਂ ਦੀ ਵਰਕਰ ਦੀ ਜਦ ਉਹਨਾਂ ਨੂੰ ਨਿਯੁਕਤੀ ਪੱਤਰ ਮਿਲਦੇ, ਮੈਨੂੰ ਲੱਗਦਾ ਕਿ ਜਦ ਇਸ ਤਰ੍ਹਾਂ ਦੀ ਮੋਟੀਵੇਸ਼ਨ ਮਿਲਦੀ ਰਹੂਗੀ ਜਿਹੜੇ ਵਰਕਰਸ ਹੈਗੇ ਜ਼ਰੂਰ ਦਿਨ ਰਾਤ ਇੱਕ ਕਰਾਂਗੇ ਕਾਂਗਰਸ ਦੇ ਲਈ। ਇਸ ਮੌਕੇ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਸੁਰਿੰਦਰ ਕੁਮਾਰ ਨੇ ਵੀ ਸ਼ਿਰਕਤ ਕੀਤੀ ਤੇ ਲੋਕ ਸਭਾ ਚੋਣਾਂ ਦੇ ਲਈ ਵਰਕਰਾਂ ਨੂੰ ਲਾਮਬੰਦ ਕੀਤਾ। ਕਾਂਗਰਸ ਪਾਰਟੀ ਇੱਕ ਸੈਕੂਲਰ ਪਾਰਟੀ ਆ, ਕਾਂਗਰਸ ਇੱਕ ਸਮੁੰਦਰ ਆ, ਕਾਂਗਰਸ ਦੇ ਵਿੱਚ ਹਰ ਧਰਮ ਦੇ ਜਿਹੜੇ ਲੋਕ ਆ ਉਹ ਸਮਾਉਂਦੇ ਆ। ਸਾਡੇ ਰਾਹੁਲ ਗਾਂਧੀ ਜੀ ਤੁਸੀਂ ਵੇਖ ਲਓ, ਜੇ ਉਹਨਾਂ ਨੇ ਭਾਰਤ ਜੋੜੋ ਯਾਤਰਾ ਜਿਹੜੀ ਆ ਉਹ ਸ਼ੁਰੂ ਕੀਤੀ ਤਾਂ ਉਹਦੇ ਵਿੱਚ ਵੀ ਕੋਈ ਰਾਜਨੀਤੀ ਵਾਲੀ ਗੱਲ ਨਹੀਂ ਸੀ। ਅੱਜ ਉਹ ਦੁਬਾਰਾ ਜਿਹੜੀ ਉਹਨਾਂ ਨੇ ਯਾਤਰਾ ਸ਼ੁਰੂ ਕੀਤੀ ਆ ਉਹ ਸਿਰਫ ਗਰੀਬ ਲੋਕਾਂ ਦੇ ਨਾਲ ਉਹ ਨਿਆਂ ਦੀ ਲੜਾਈ ਲੜ ਰਹੇ ਆ, ਕਿਉਂਕਿ ਅੱਜ ਹਿੰਦੁਸਤਾਨ ਦੇ ਵਿੱਚ ਜਿਹੜੀ ਲੜਾਈ ਆ ਉਹ ਸਿਰਫ ਸੰਵਿਧਾਨ ਬਚਾਉਣ ਦੀ ਆ। ਇਸ ਕਰਕੇ ਕਾਂਗਰਸ ਦੇ ਨਾਲ ਅੱਜ ਹਰ ਵਰਕਰ ਜਿਹੜਾ ਵਾ ਉਹ ਜੁੜ ਰਿਹਾ। ਜਪਾਨੀ ਟੀਵੀ ਲਈ ਮੋਗਾ ਤੋਂ ਉਕਾੜਾ ਦੀ ਰਿਪੋਰਟ।